ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ। ਬੜੀ ਜਲਦੀ ਹੈ, ਤੁਸੀਂ ਕਹੋਗੇ ਆਂਟੀ ਤੁਹਾਨੂੰ ਰੋਜ਼ ਹੀ ਜਲਦੀ ਪਈ ਰਹਿੰਦੀ ਹੈ। ਬੜੀ ਜਲਦੀ ਕੀ ਕਰਾਂ, ਕੰਮ ਕਰਨੇ ਨੇ, ਜਾਣਾ ਆਉਣਾ, ਸਾਰੇ ਸੋਸ਼ਲ ਵੇਖਣਾ, ਪਰਿਵਾਰ ਵੇਖਣੇ, ਤਾਂ ਜਲਦੀ ਤਾਂ ਹੁੰਦੀ ਹੁੰਦੀ ਹੈ। ਹੁਣ ਜਲਦੀ ਹੈ ਤਾਂ ਫਿਰ ਜਲਦੀ ਹੈ, ਮੈਂ ਕੀ ਕਰਾਂ। ਆ ਜਾਓ ਫਿਰ, ਹੁਣ ਜਲਦੀ ਹੈ ਤਾਂ ਮੈਂ ਤੁਹਾਨੂੰ ਦਿਖਾ ਦਿਆਂ ਵੀ ਕੀ ਕਰਨਾ। ਆਓ, ਇਹ ਸਾਡੇ ਕੋਲ ਹੈਗੀ ਜੇ ਛੋਲਿਆਂ ਦੀ ਦਾਲ। ਜੇ ਜਲਦੀ ਹੋਵੇ ਨਾ ਤਾਂ ਬੜੀਆਂ ਸਵਾਦ ਬਣਦੀਆਂ ਨੇ ਚੀਜ਼ਾਂ। ਮਜੀਦ ਰੋਜ਼ ਹੀ ਕਹਿੰਦੇ ਆ, ਕਹਿੰਦੇ ਜਦੋਂ ਤੈਨੂੰ ਕੁਝ ਨਾ ਹੋਵੇ ਉਦੋਂ ਬਹੁਤ ਸਵਾਦ ਬਣਦੀ, ਜਦੋਂ ਕੁਝ ਨਾ ਹੋਵੇ ਤੈਨੂੰ ਜਲਦੀ ਹੋਵੇ ਉਦੋਂ ਹੋਰ ਸਵਾਦ ਹੁੰਦੀ ਹੈ। ਕਿਉਂਕਿ ਕੋਸ਼ਿਸ਼ ਹੁੰਦੀ ਹੈ ਨਾ ਵੀ ਕਿਧਰੇ ਮੇਰੇ ਕਰਕੇ ਨਾ ਖਰਾਬ ਹੋ ਜਾਵੇ। ਅੱਛਾ, ਇਹ ਛੋਲਿਆਂ ਦਾਲ ਹੈ, ਇਹਦੇ ਵਿੱਚ ਨਾ ਆਪਾਂ ਧਨੀਆ ਥੋੜ੍ਹਾ ਜਿਹਾ ਪਾ ਲਾਂਗੇ, ਅਤੇ ਇਹ ਲਸਣ ਅਤੇ ਅਦਰਕ ਦਾ ਪੇਸਟ ਹੈ, ਅਤੇ ਨਮਕ ਮਿਰਚ ਪਾ ਕੇ ਇਹਨੂੰ ਗ੍ਰਾਇੰਡ ਕਰ ਲੈਣਾ। ਮੈਂ ਬਣਾਉਣੇ ਨੇ, ਇੱਧਰ ਦਿਖਾਓ ਜੀ, ਮੈਂ ਘੀ ਧਰ ਦਿੱਤਾ ਹੈ। ਵੜੇ ਇੱਕ ਦੋ ਚਮਚ ਨਾ ਇਹਦੇ ਵਿੱਚ ਸੂਜੀ ਦੇ ਵੀ ਪਾ ਲੈਣੇ, ਇਹਦੇ ਨਾਲ ਕ੍ਰਿਸਪੀ ਬਹੁਤ ਸਵਾਦ ਬਣਦੇ ਨੇ ਆਪਣੇ ਚਨਾ ਦਾ ਵੜਾ। ਠੀਕ ਹੈ, ਅਸੀਂ ਦਰਦਰੀ ਜੀ ਬਹੁਤ ਬਰੀਕ ਨਹੀਂ ਕਰਨੀ ਹੁੰਦੀ, ਜਿਹੜੇ ਵੜੇ ਹੁੰਦੇ ਨਾ ਉਹਨਾਂ ਵਾਸਤੇ, ਅਤੇ ਇਹਨਾਂ ਨੂੰ ਅਸੀਂ ਇੱਦਾਂ ਕਰਕੇ ਕੱਢ ਲਿਆ, ਅਤੇ ਇਹਦੇ ਵਿੱਚ ਅਸੀਂ ਜ਼ਰਾ ਕੁ ਪਾ ਦਿੰਦੇ ਹਾਂ ਇੰਨੇ ਕੁ ਪਿਆਜ਼, ਇਹ ਬੜੇ ਸਵਾਦ ਲੱਗਦੇ ਨੇ ਇਹਦੇ ਵਿੱਚ, ਪਿਆਜ਼ਾਂ ਤੋਂ ਬਿਨਾਂ ਨਾ ਬਣਾਇਆ ਕਰੋ। ਅਤੇ ਇਹਦੇ ਵਿੱਚ ਅਸੀਂ ਪਾ ਤਾ ਇਹ ਧਨੀਆ ਹੋਰ ਪਾਵਾਂਗੇ, ਅਤੇ ਇਹਨੂੰ ਮਿਕਸਿੰਗ ਕਰ ਲਾਂਗੇ। ਇਹ ਜੀ ਇੱਦਾਂ ਕਰਕੇ ਨਾ ਆਪਾਂ ਜ਼ਰਾ ਘੀ ਲਗਾ ਲਓ, ਪਾਣੀ ਲਗਾ ਲਓ, ਕੁਝ ਵੀ ਲਗਾ ਲਓ। ਇਹ ਤੇਲ ਬਹੁਤ ਗਰਮ ਹੋ ਗਿਆ ਵੇ, ਆਪਾਂ ਨੂੰ ਚਾਹੀਦਾ ਥੋੜ੍ਹਾ ਜਿਹਾ ਘੱਟ। ਮੈਂ ਨਾ ਇੱਕ ਵਾਰੀ ਬੰਦ ਕਰ ਦਿੰਦੀ ਹਾਂ ਅਤੇ ਫਿਰ ਪਾਵਾਂਗੀ, ਠੀਕ ਹੈ, ਤਾਂ ਕਿ ਵੜੇ ਜਿਹੜੇ ਆ ਬਹੁਤ ਵਧੀਆ ਪੱਕ ਜਾਣ। ਇਹ ਨਾ ਮੀਡੀਅਮ ਆਂਚ 'ਤੇ ਪਕਾਉਣੇ ਹੈ ਤਾਂ ਕਿ ਅੰਦਰੋਂ ਤੱਕ ਅੱਛੀ ਤਰ੍ਹਾਂ ਨਾਲ ਪੱਕ ਜਾ। ਆਪਾਂ ਇਹ ਬਣਾ ਰਹੇ ਹਾਂ ਵੜੇ, ਅਤੇ ਵੜੇ ਨਾ ਬਣਾਈਏ ਨਾ ਤਾਂ ਇਹ ਜੇ ਕਬਾਬ ਵੀ ਬੜੇ ਚੰਗੇ ਬਣਦੇ ਜੇ। ਕਬਾਬ ਵੀ ਤੁਸੀਂ ਸੇਮ, ਮੈਂ ਤੁਹਾਨੂੰ ਇੱਕ ਅੱਧਾ ਬਣਾ ਕੇ ਦਿਖਾਵਾਂਗੀ, ਅਤੇ ਇਹਨੂੰ ਅਸੀਂ ਸਾਰੇ ਨੂੰ ਇਹਦੇ ਵਿੱਚ ਪਾ ਲੈਣਾ। ਬਣਾਉਣੇ ਹਾਂ ਨਾ ਇੱਦਾਂ ਕਰਕੇ, ਐਂ ਗੋਲ ਕਰਕੇ, ਸਾਈਡਾਂ ਵਿੱਚ ਇੰਜ ਕਰਕੇ ਇਹਨੂੰ ਇੱਦਾਂ ਅਸੀਂ ਬਣਾ ਸਕਦੇ ਹਾਂ। ਇਹਨੂੰ ਗੋਲਡਨ ਬਰਾਊਨ ਹੋਣ ਤੱਕ ਅਸੀਂ ਪਕਾ ਲੈਣਾ। ਕਬਾਬ ਵੀ ਮੈਂ ਪਾ ਦਿੱਤੇ ਨੇ ਚਾਰੋ, ਇਹ ਦੇਖੋ, ਅਤੇ ਕ੍ਰਿਸਪੀ ਚਨਾ ਦਾਲ ਵੜੇ ਜਿਹੜੇ ਪ੍ਰੋਟੀਨ ਨਾਲ ਭਰਪੂਰ ਨੇ, ਵਿਟਾਮਿਨ ਜੀ ਏ, ਉਹ ਸਾਰਾ ਕੁਝ ਆਪਾਂ ਵਿੱਚ ਪਾ ਦਿੰਦੇ ਹਾਂ, ਹੋ ਜਾਣਗੇ ਤਿਆਰ ਜੀ। ਤੁਹਾਡੇ ਹਾਏ, ਮੈਂ ਮਰ ਜਾ, ਚਟਨੀ ਪਾਈ ਜੇ ਕਿ ਸਬਜ਼ੀ ਪਾਈ ਜੇ, ਸਦਕੇ ਜਾਵਾਂ। ਮਸਾ ਮਸਾ ਬਣੀ, ਫੇਰ ਕਹਿੰਦੇ ਮਸਾ ਉਹਦੇ ਵਿੱਚ ਚੱਕੇ ਬਾਹਰ ਮਾਰਦੇ, ਇਹ ਨਾ ਮੈਂ ਖਾਣਾ ਸਭ, ਤੈਨੂੰ ਪਤਾ ਹੈ ਖਾਣਾ ਸਬਜ਼ੀ ਵਾਂਗੂ ਹੀ ਹੈ ਮੈਂ। ਓ ਮਾਈ ਗੋਡ, ਨਾ ਜੀ ਵੜੇ ਵੀ ਆ ਗਏ, ਦਾ ਲੁਕੀ ਵੜੇ ਵੀ ਆ ਗਏ, ਵਾਹ, ਇਹ ਵੜੇ ਨੇ ਉਹ ਰੋਟੀਆਂ ਨੇ ਆਲੂ ਵਾਲੀਆਂ। ਬਿੱਟੇ ਤੂੰ ਇਹ ਵਿੱਚੋਂ ਖਾ ਕੇ ਜ਼ਰੂਰ ਟੇਸਟ ਕਰਕੇ ਜ਼ਰੂਰ ਵੇਖੋ। ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ, ਅਤੇ ਤੁਸੀਂ ਤਾਂ ਰਜੀਤ ਖਾਓਗੇ ਇੱਕ ਦੋ ਜ਼ਰੂਰ। ਇਹ ਜੀ ਵੜੇ ਵੀ ਕਹਿੰਦੇ ਆ ਇਹਨਾਂ ਨੂੰ, ਅਸੀਂ ਜੇ ਇੰਜ ਬਣਾ ਦਈਏ ਨਾ ਤੇ ਗੋਲ, ਹਾਂ ਇਹ ਕਬਾਬ ਹੁੰਦੇ, ਕਬਾਬ, ਹਾਂ ਇਹ ਸ਼ੇਪ ਵਿੱਚ ਬਣਾ ਦਿਓ ਤੇ ਕਬਾਬ ਹੋ ਗਏ, ਉਦਾਂ ਵੜੇ ਹੋ ਗਏ, ਜੇ ਜਰਾ ਗੋਲ ਚੌੜੀ ਕਰ ਦਿਓ ਨਾ, ਜੇ ਇਹਨੂੰ ਦਹੀਂ ਚ ਪਾ ਲਓ ਤਾਂ ਦਹੀਂ ਵੜੇ ਹੋ ਗਏ, ਜੇ ਮੋਰੀ ਕਰ ਦਿਓ ਤਾਂ ਮਿੰਡੂ ਵੜਾ ਹੋ ਗਏ। ਸੋ ਇੱਕ ਚੀਜ਼ ਨਾਲ ਹੀ ਬਹੁਤ ਸਾਰੀਆਂ ਬਣ ਜਾਂਦੀਆਂ ਨੇ, ਸੌਸ ਹੈਲੋ ਜੀ, ਦੇਖੋ ਜੀ ਕੀ ਕੁਛ ਹੈ, ਲਓ ਜੀ ਚਟਨੀ ਪਹਿਲਾਂ ਹੈਲੀ ਲੈ ਰੰਗਾਂ ਨੂੰ ਸਮਰਪਿਤ ਆ।
ਰਮਜ਼ਾਨ ਵਿੱਚ ਜਿਹੜੇ ਲੋਕ ਨੋਨ ਵੈਜ ਖਾਂਦੇ ਨੇ ਅਤੇ ਵੈਜ ਵੀ ਖਾਣਾ ਚਾਹੁੰਦੇ ਨੇ, ਇਹ ਬਹੁਤ ਵਧੀਆ ਆਈਟਮ ਹੈ, ਪ੍ਰੋਟੀਨ ਵਾਲੀ ਹੈ, ਲੋ ਸਾਰੇ ਦਿਨ ਦੀ ਫੀਲਿੰਗ ਰਹਿੰਦੀ ਹੈ ਇਹਦੇ ਨਾਲ, ਉੱਥੇ ਇਹ ਵੀ ਜ਼ਰੂਰੀ ਹੈ ਨਾ ਵੀ ਇਹ ਹੋਣੀ ਚਾਹੀਦੀ ਹੈ, ਇਹ ਵੀ ਰਮਜ਼ਾਨ ਵਾਲਾ ਵੀ ਹੈ ਅਤੇ ਅਦਰਵਾਈਜ਼ ਵੀ ਇਹ ਬਹੁਤ ਕ੍ਰਿਸਪੀ ਬਣਦਾ ਇਧਰ ਉਧਰ ਹੋ ਗਈ। ਇਹ ਹੈ ਅਨਾਰ ਦਾਣੇ ਵਾਲੀ ਚਟਨੀ, ਕੁੱਟੇ ਹੋਏ ਅਨਾਰ ਦਾਣੇ ਵਾਲੀ ਚਟਨੀ ਤੁਹਾਨੂੰ ਦਿਖਾ ਦਾਂਗੀ, ਪਰ ਅੱਜ ਮੇਰੇ ਕੋਲ ਟਾਈਮ ਖੜੀ ਖੜੀ ਦੇ ਤਰੀ। ਹਾਂਜੀ, ਸੋ ਆ ਰਿਹਾ ਸਵਾਦ, ਖਾ ਲਈ ਮਜ਼ਾ ਆ ਗਿਆ, ਪਲੇਟ ਦੇ ਦੇ ਅੱਛਾ ਆਨੰਦ ਆ ਗਿਆ, ਕਾਟਣੀ ਪੜੇਗੀ, ਆਨੰਦ ਆ ਗਿਆ, ਆਨੰਦ ਆ ਗਿਆ, ਚਲੋ ਸ਼ੁਕਰ ਹੈ, ਆਨੰਦ ਜਿਹੜਾ ਜ਼ਰੂਰੀ ਹੈ। ਦਹੀਂ ਮੱਖਣ ਲਓ ਬੇਟਾ ਜੀ, ਚਾਰ ਪਏ ਹੋਏ ਨੇ, ਅਦਰਕ ਨਿੰਬੂ ਇਹ ਉਹ ਐਨੀਥਿੰਗ ਐਵਰੀਥਿੰਗ ਯੂ ਕੈਨ। ਚਲੋ ਜੀ, ਬਹੁਤ ਸਾਰਾ ਸ਼ੁਕਰੀਆ, ਮਿਹਰਬਾਨੀ, ਨਹੀਂ ਕੋਈ ਨਹੀਂ ਤੁਸੀਂ ਖਾਓ, ਲੋ ਕੋਈ ਨਹੀਂ ਅੱਜ ਕਰ ਲਓ, ਮੈਂ ਇਹ ਖਾ ਲਵਾਂਗੀ, ਤੁਸੀਂ ਲਓ, ਮੈਂ ਚਾਹ ਲੈਣੀ ਹੈ ਨਾਲ, ਲੋ ਆਪਣਾ ਸੰਧਿਆ ਚਾਹ ਰੱਖ ਲੈ, ਅੰਕਲ ਦਾ ਪਤਾ ਨਹੀਂ ਚਾਹ ਲੈਣੀ, ਮੇਰੀ ਬਣਨੀ ਹੈ ਸਿਰਫ ਥੋੜ੍ਹੀ ਜਿਹੀ, ਹੋਰ ਬਣਾਉਣੀ ਹੈ ਹਲੇ ਵੀ ਪੀ ਲਈ। ਲਓ ਜੀ ਫਿਰ, ਬਹੁਤ ਸਾਰਾ ਸ਼ੁਕਰੀਆ, ਮਿਹਰਬਾਨੀ ਵੀ ਤੁਸੀਂ ਸਾਰੇ ਜੁੜੇ ਅਤੇ ਸਾਡੇ ਨਾਲ ਕਰ ਰਹੇ ਹੋ ਨਾਸ਼ਤਾ, ਕਰਦੇ ਰਹੋ, ਜਿਉਂਦੇ ਵੱਸਦੇ ਰਹੋ, ਅਤੇ ਪ੍ਰੋਗਰਾਮ ਨੂੰ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ, ਸ਼ੁਕਰੀਆ, ਮਿਹਰਬਾਨੀ।